ਸਾਡੇ ਮਦੀਨਾ ਪਾਕ ਦੇ ਸਾਥੀ ਸੁਭਾਨ ਅੱਲਾਹ। ਔਰ ਇਸ ਗੱਲ ਦੇ ਵਿੱਚ ਬਿਲਕੁਲ ਮੁਬਾਲਗਾ ਰਹੀ ਨਹੀਂ ਹੈ ਕਿ ਜਿੱਥੇ ਵੀ ਇਹਨਾਂ ਨੂੰ ਮਿਲੇ ਆ ਅੱਲਾਹ ਤਾਲਾ ਨੇ ਇਹਨਾਂ ਤੇ ਫਜ਼ਲ ਇਵੇਂ ਫਰਮਾਇਆ ਕਿ ਜਿਵੇਂ ਆਪਣੇ ਘਰ ਦੇ ਵਿੱਚ ਬੈਠੇ ਨੇ, ਇਵੇਂ ਇਹਨਾਂ ਨੂੰ ਲੋਕ ਪਿਆਰ ਕਰਦੇ ਨੇ। ਮੇਰੀ ਮੁਰਾਦ ਬਈ ਅਲਹਾਜ ਉਸਤਖਾਰਜਵੀ ਸਾਹਿਬ, ਅੱਲਾਹ ਤਾਲਾ ਤਮਾਮ ਦੋਸਤਾਂ ਦੀ ਨੌਕਰੀ ਔਰ ਕੋਸ਼ਿਸ਼ ਔਰ ਕਾਵਿਸ਼ ਆਪਣੀ ਬੁਲੰਦ ਬਾਰਗਾਹ ਚ ਕਬੂਲ ਫਰਮਾਏ। ਜਿਹੜਾ ਬੰਦਾ ਇਸ ਵਾਸਤੇ ਆਇਆ ਹੈ ਕਿ ਅੱਜ ਦੀ ਰਾਤ ਮੈਂ ਲੈਂਡ ਕਰੂਜ਼ਰ ਮੰਗਣੀ ਹੈ, ਅੱਜ ਦੀ ਰਾਤ ਮੈਂ ਕੋਈ ਮੁਰੱਬੇ ਜ਼ਮੀਨਾਂ ਦੇ ਮੰਗਣੇ ਨੇ, ਉਸ ਬੰਦੇ ਨਾਲ ਸਾਡੀ ਗੱਲ ਨਹੀਂ ਹੈ। ਜਿਹੜਾ ਇਸ ਵਾਸਤੇ ਆਇਆ ਕਿ ਅੱਜ ਜ਼ਹਰਾ ਦਾ ਬਾਬਾ ਰਾਜ਼ੀ ਹੋ ਜਾਏ, ਉਹ ਸੱਜਾ ਹੱਥ ਉਠਾ ਕੇ ਅੱਜ ਦੀ ਰਾਤ ਦਾ ਸਭ ਤੋਂ ਬੁਲੰਦ ਆਵਾਜ਼ ਨਾਲ ਦਰੂਦੇ ਪਾਕ ਪੜੇਗਾ। ਸਾਰੇ ਦਰੂਦੇ ਪਾਕ ਪੜਾਂਗੇ ਇਨਸ਼ਾਅੱਲਾ। ਅਜ਼ਰਾ ਚਾਦਰ ਚੋਂ ਹੱਥ ਬਾਹਰ ਕੱਢੋ ਜਿਹਨੇ ਦਰੂਦੇ ਪਾਕ ਪੜਨਾ ਹੈ, ਸੱਜਾ ਹੱਥ ਉਠਾ ਕੇ ਬੁਲੰਦ ਆਵਾਜ਼ ਨਾਲ ਪੜ ਲਓ। ਸੱਲੱਲਾਹੁ ਅਲੈਕ ਯਾ ਰਸੂਲੱਲਾ ਵਸੱਲਮ ਅਲੈਕ ਯਾ, ਸੱਜਾ ਹੱਥ ਉਠਾ ਕੇ ਮੁਕੱਦਰਾਂ ਨਾਲ ਪੜ ਲੈ ਬੱਲਾ। ਸੱਲੱਲਾਹੁ ਅਲੈਕ ਯਾ ਰਸੂਲੱਲਾ ਵਸੱਲਮ ਅਲੈਕ ਯਾ ਹਬੀਬ ਅੱਲਾ। ਲਜਪਾਲ ਜ਼ਮਾਨੇ ਦਾ ਸੋਹਣਾ, ਲਜਪਾਲ ਜ਼ਮਾਨੇ ਦਾ ਸੁਭਾਨ ਅੱਲਾ, ਸਦਕਾ ਖਾਨਿਆਂ ਹਸਨੈਨ ਦੇਨਾ ਨੇਦਾ, ਜਿਹੜਾ ਖਾਂਦਾ ਹੈ ਉਹ ਪੜ ਲੈ ਸੱਲੱਲਾਹੁ ਅਲੈਕ ਯਾ ਰਸੂਲੱਲਾ ਵਸੱਲਮ ਅਲੈਕ ਯਾ ਸੈਯਦ ਹਬੀਬ ਅੱਲਾਹ। ਅਸੂਲੇ ਬਰਕਤ ਵਾਸਤੇ ਹਮਦੇ ਬਾਰੀ ਤਾਲਾ ਦਾ ਇੱਕ ਸ਼ੇਰ ਸਾਡੀ ਪੜ੍ਹੇ ਹੋਈ ਹਮਦੇ ਬਾਰੀ ਤਾਲਾ ਸਾਡੇ ਨਾਲ ਸਫ਼ਰ 'ਚ ਸ਼ਾਮਿਲ ਹੋ ਜਾਓ, ਕੋਈ ਜ਼ਬਾਨ ਖਾਮੋਸ਼ ਨਾ ਰਹੇ। ਕਰਮ ਕਮਾਏ ਰੱਬ ਸੋਹਣੇ ਨੇ, ਰੱਬ ਦਾ ਕਰਮ ਹੈ ਕਿ ਉਹਨੇ ਆਪਣੇ ਮਹਿਬੂਬ ਦੀ ਮਹਿਫਿਲ 'ਚ ਬੁਲਾਇਆ ਹੈ, ਮੁਕੱਦਰਾਂ ਲੈ ਸਫ਼ਰ 'ਚ ਸ਼ਾਮਿਲ ਹੋ ਜਾਏ। ਕਰਮ ਕਮਾਏ ਰੱਬ ਸੋਹਣੇ, ਰੱਬ ਸੋਹਣੇ ਨੇ ਕਰਮ ਕਮਾਏ, ਰੱਬ ਸੋਹਣੇ ਨੇ, ਰੱਬ ਸੋਹਣੇ ਨੇ ਕਰਮ ਕਮਾਏ, ਰੱਬ ਸੋਹਣੇ ਨੇ। ਜਿਹੜਾ ਚਾਹੁੰਦਾ ਅੱਜ ਦੀ ਰਾਤ ਮੇਰੇ ਤੇ ਕਰਮ ਹੋ ਜਾਏ, ਕੰਜੂਸ ਬੰਦਾ ਹੱਥ ਥੱਲੇ ਰੱਖੇ, ਸਖੀ ਹੱਥ ਉਠਾ ਕੇ ਕੱਚ ਕੇ ਕਹੇ ਕਰਮ ਕਮਾਏ, ਰੱਬ ਸੋਹਣੇ, ਰੱਬ ਸੋਹਣੇ ਨੇ ਕਰਮ ਕਮਾਏ, ਰੱਬ ਸੋਹਣੇ ਨੇ, ਰੱਬ ਸੋਹਣੇ ਨੇ ਕਰਮ ਕਮਾਏ, ਰੱਬ ਸੋਹਣੇ ਨੇ ਬਾਗ ਜਗਾਏ, ਹਾਂ ਬਾਗ ਜਗਾਏ, ਹੋ ਰੱਬ ਸੋਹਣੇ ਨੇ ਹੋ ਕਰਮ ਕਮਾਏ, ਰੱਬ ਸੋਹਣੇ ਨੇ, ਰੱਬ ਸੋਹਣੇ ਨੇ ਕਰਮ ਕਮਾਏ, ਰੱਬ ਸੋਹਣੇ, ਰੱਬ ਸੋਹਣੇ ਨੇ ਕਰਮ ਕਮਾਏ, ਰੱਬ ਸੋਹਣੇ ਨੇ ਉਹਦੀ ਮਰਜ਼ੀ ਚਿੜੀਆਂ ਕੋਲੋ, ਉਹਦੀ ਮਰਜ਼ੀ ਚਿੜੀਆਂ ਕੋਲੋ ਬਾਜ਼ ਮਰਾਏ, ਹੋ ਬਾਜ਼ ਮਰਾਏ, ਹਾਂ ਰੱਬ ਸੋਹਣੇ ਨੇ ਕਮਾਏ, ਰੱਬ ਸੋਹਣੇ, ਰੱਬ ਸੋਹਣੇ ਨੇ ਕਰਮ ਕਮਾਏ, ਰੱਬ
सोने दे रब सोने ने करम कमाए रब सोने ने फिर दोनों हाथ उठाए आखरी बंदे तक या अल्लाह जेड़ा तेरा ना बुलंद करे आज की रात मुकद्दर बुलंद कर दे दोनों हाथ उठा के गज के कह अल्लाह 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 आखो सुभान अल्लाह लोधरा बरादरां तवज्जो फरमाना आखो सुभान अल्लाह मेरा वीर कह रहा है जेड़े कलाम दी फरमाइश उस पासे आ रहे हैं अत्र भाई जरा कार्ड सीधा करके रखना सुभान अल्लाह जेड़ा जागदा बैठा बोले सुभान अल्लाह रब ने अपना अर्श सजाया सोने नू फिर कोल बुला के फरमाया इथे पता चल जाना केड़ा जागदा है ते केड़ा सुत्ता है बस मेरा माही सल्ले अला बस मेरा माही सल्ले अला बस मेरा माही सल्ले अला जीदा जीदा माही है ओ बोले बस मेरा माही सल्ले अला बस मेरा माही बस मेरा माही सल्ले अला बस मेरा माही सल्ले अला हो कोई सड़दा है ते सड़ जावे बस मेरा माही सल्ले अला 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 बैठ जाओ ਤੁਹਾਡੀ ਨੌਕਰੀ ਕੋਸ਼ਿਸ਼ ਔਰ ਕਾਵਿਸ਼ ਆਪਣੀ ਬੁਲੰਦ ਬਾਰਗਾਹ ਚ ਕਬੂਲ ਫਰਮਾਏ ਮੇਰੇ ਬੜੇ ਭਾਈ ਅਲਹਾਜ ਕਾਰੀ ਸ਼ਾਹਦ ਮਹਿਮੂਦ ਕਾਦਰੀ ਸਾਹਿਬ ਤਸ਼ਰੀਫ ਲਿਆਏ ਮੈਂ ਆਪਣੀ ਤਰਫੋਂ ਇੰਤਜ਼ਾਮੀਆਂ ਦੀ ਤਰਫੋਂ ਖੁਸ਼ਾਮਦੀਦ ਆਖੋ ਸੁਭਾਨ ਅੱਲਾ ਸੁਭਾਨ ਸੁਭਾਨ ਅੱਲਾ ਸੁਭਾਨ ਅੱਲਾ ਔਰ ਉਹਨਾਂ ਦੇ ਨਾਲ ਮੇਰੇ ਬੜੇ ਭਾਈ ਮਲਿਕਾ ਸ਼ਫਾਵਾਨ ਸਾਹਿਬ ਉਹ ਵੀ ਤਸ਼ਰੀਫ ਲਾਏ ਮੈਂ ਖੁਸ਼ਾਮਦੀਦ ਪੇਸ਼ ਕਰਦਾ ਮਾਸ਼ਾਅੱਲਾ ਬਸ ਮੇਰਾ ਮਾਹੀ ਸੱਲੇ ਅਲਾ ਜਿਹਦਾ ਮਾਹੀ ਹੈ ਬਸ ਮੇਰਾ ਮਾਹੀ ਸੱਲੇ ਅਲਾ ਬਸ ਮੇਰਾ ਮਾਹੀ ਸੱਲੇ ਅਲਾ ਬਸ ਮੇਰਾ ਮਾਹੀ ਬਸ ਮੇਰਾ ਮਾਹੀ ਸੱਲੇ ਅਲਾ ਲਜਪਾਲ ਸਾਡਾ ਰਖਵਾਲਾ ਏ ਲਜਪਾਲ ਸਾਡਾ ਰਖਵਾਲਾ ਏ ਕਿਹੜਾ ਮਦੀਨੇ ਵਾਲੇ ਦਾ ਨੌਕਰ ਹੈ ਦੋਨੋਂ ਹੱਥ ਉਠਾ ਕੇ ਲਜਪਾਲ ਸਾਡਾ ਰਖਵਾਲਾ ਏ ਲਜਪਾਲ ਸਾਡਾ ਰਖਵਾਲਾ ਏ ਸਾਨੂੰ ਕੌਣ ਮਿਟਾਵਣ ਵਾਲਾ ਏ ਜੀ ਸਾਨੂੰ
آپ دی توجہ تہاڈی فرمائش والے پاسے آ رہے ہیں ہن میں نہیں کہنا بولو تسی آپ پہ ہاتھ اٹھا کے بولو گے گھر سجا کر گھر سجا کر حضرت انصاری نے کہا تشریف لاتے ہیں یقیناً آپ ہر عاشق کے گھر تشریف لاتے ہیں میرے گھر میں بھی ہو جائے چراغا یا رسول اللہ آوی جا واللیل زلفان والے آنے آوی جا آوی جا واللیل زلفان والے جتھے میرے نبی دا ڈیرا ہے جتھے رہندا سدا سویرا وچ قبر دے آقا آخر گے نو چھڈ دے آئے تے میرا ہے بس میرا ماہی کلے آلا اللہ یا رسول اللہ یا بھائی ملکہ شبوان صاحب ماشاءاللہ جس کلام دا حکم دے رہے نے بس میں اسے پاس ہی آ رہے ہیں اکھو ذرا سبحان اللہ ایک کلام دے دو اشعار بھائی ملکہ شبوان صاحب دا حکم ہے مجھے بھیک مل رہی ہے جنہوں نات سنن دا پتہ ہے وہ بولے سبحان اللہ بالخصوص قاری شاہد محمود قادری صاحب اور جن نے نات سنن آلے رضوی صاحب شاید میں مدینے بھی تو انہوں سنائی ہے میں نے یاد نہیں ہے مجھے بھیک مل رہی ہے میری صدا سے پہلے مقدر اللہ میں نال شامل ہو جائے مجھے بھیک مل رہی ہے میری صدا سے پہلے پہلے مجھے بھیک مل رہی ہے جنہوں خیرات زہرا دے بابا دے در تو مل دیئے ہاتھ اٹھا کے دے مجھے بھیک مل رہی ہے میری صدا سے پہلے وہ عطائے کر رہے ہیں
بیٹ مل رہی ہے میری صدا سے پہلے پہلے مجھے بیٹ مل رہی ہے میری صدا سے پہلے وہ ہری سے امتیاں ہیں وہ ہری چار شیر گج کے آخو سبحان اللہ ماشاءاللہ. اچھا میں 8-9 گھنٹے گڈی چلا کے آیا تو میرے نالوں بھی دوروں آئے ہو لگتے ہیں آخو خا سبحان اللہ دوویں ہاتھ اٹھا کے آخو یا رسول اللہ بس دو شیر اور میری حاضری مکمل. پاک پتن اتھوں بڑا دور ہے دعاواں دینا جاواں گا اگر تسی میرے نال شامل ہو جاؤ ہیں مقدرہ اللہ بالخصوص اہل سٹیج میرے نال صف وچ شامل ہو جان. ہاں ٹھیک ہاں اچھا چلو اکھو سبحان اللہ دو شیر بھائی ملک اشرف صاحب دا حکم اور اکو شیر آخر تے جڑی میری فرمائش میں آپ ہی پڑھنی ہے وہ پڑھ کے اجازت چاہواں گا. علی دے لال نے لجپال نسلاں تار دین دینے جڑا علی دے لالا دا نوکر ہے دونوں ہاتھ اٹھا کے آکھے علی دے لال نے لجپال نسلاں تار دین دینے
ਅਲੀ ਦੇ ਲਾਲ ਨੀ ਲਜਪਾਲ ਨਸਲਾ ਤਾਰ ਦੇ ਦੋਨ ਹੱਥ ਉਠਾ ਕੇ ਨਾਰਾ ਅਲੀ ਦੇ ਲਾਲ ਨੀ ਲਜਪਾਲ ਨਸਲਾ ਤਾਰ ਦੇ ਦੇ ਕਰਮ ਦੀਆਂ ਕਰਕੇ ਨਸਲਾ ਕਰਮ ਦੀਆਂ ਕਰਕੇ ਨਸਲਾ ਤੇ ਪਖਤ ਸਵਾਰ ਦੇਂਦੇ ਅਲੀ ਦੇ ਲਾਲ ਨੇ ਲਜਪਾਲ ਨਸਲਾ ਤਾਰ ਦੇਂਦੇ ਅਲੀ ਦੇ ਲਾਲ ਨੇ ਲਜਪਾਲ ਨਸਲਾ ਤਾਰ ਦੇਂਦੇ ਤੂੰ ਮੰਗ ਅੱਬਾਸ ਤੋਂ ਜਾ ਕੇ ਸੁਣੇ ਹਸਨੈਨ ਦਾ ਸਦਕਾ ਤੂੰ ਮੰਗ ਅੱਬਾਸ ਤੋਂ ਜਾ ਕੇ ਸੁਣੇ ਹਸਨੈਨ ਦਾ ਸਦਕਾ ਤੂੰ ਮੰਗ ਅੱਬਾਸ ਤੋਂ ਜਾ ਕੇ ਸੁਣੇ ਹਸਨੈਨ ਦਾ ਸਦਕਾ ਉਸੇ ਵੇਲੇ ਮੌਲਾ ਗਾਜ਼ੀ ਉਸੇ ਵੇਲੇ ਤਾਰ ਦੇ ਦੇ ਅਲੀ ਦੇ ਲਾਲ ਨੇ ਲਜਪਾਲ ਨਸਲਾ ਤਾਰ ਦੇ ਦੇ ਜਾਮਣ ਵਾਸਤੇ ਲਾਲਾਂ ਨੂੰ ਚੁੱਕ ਕੇ ਆਪਣੇ ਮੋਢਿਆਂ ਤੇ ਖਿਡਾਵਣ ਵਾਸਤੇ ਲਾਲਾਂ ਨੂੰ ਚੁੱਕ ਕੇ ਆਪਣੇ ਮੋਢਿਆਂ ਤੇ ਆਪਣੇ ਮੋਢਿਆਂ ਤੇ ਖਿਡਾਵਣ ਵਾਸ ਖਿਡਾਵਣ ਵਾਸ ਤੇ ਲਾਲਾਂ ਨੂੰ ਚੁੱਕ ਕੇ ਆਪਣੇ ਮੋਢਿਆਂ ਤੇ ਸੁਣੇ ਹਸਨੈਨ ਨੂੰ ਝੂਲੇ ਸੁਣੇ ਹਸਨੈਨ ਨੂੰ ਝੂਲੇ ਉਹ ਰੱਬ ਦੇ ਯਾਰ ਦੇਂਦੇ ਅਲੀ ਦੇ ਲਾਲ ਨੇ ਲਜਪਾਲ ਨਸਲਾ ਤਾਰ ਦੇ ਦੇਲੇ ਅਲੀ ਦੇ ਲਾਲ ਨੇ ਲਜਪਾਲ ਨਸਲਾ ਤਾਰ ਦੇ ਦੇਲੇ ਆਖਰੀ ਸ਼ੇਰ ਮਨ ਕੁੰਤ ਮੌਲਾ ਫਹਾਜ਼ਾ ਅਲੀ ਅਲੀ ਮੌਲਾ ਮੇਰੇ ਆਕਾ ਦਾ ਫਰਮਾਨ ਜਿਸ ਕਾ ਮੈਂ ਮੌਲਾ ਉਸ ਕਾ ਅਲੀ ਜਿਸ ਕਾ ਅਲੀ ਯਾਰ ਹੱਥ ਉਠਾ ਕੇ ਬੋਲੋ ਜਿਸ ਕਾ ਮੈਂ ਮੌਲਾ ਉਸ ਕਾ ਅਲੀ ਅਲੀ ਮੌਲਾ ਇੱਕੋ ਸ਼ੇਰ ਔਰ ਸ਼ੇਰ ਬਣ ਕੇ ਸੁਣਨਾ ਹੈ ਮੇਰੇ ਤੋਂ ਬਾਅਦ ਮੇਰੇ ਵੱਡੇ ਭਾਈ ਇਹਨਾਂ ਦੀਆਂ ਦੁਆਵਾਂ ਵੀ ਮੇਰੇ ਨਾਲ ਨੇ ਹਰ ਵਕਤ ਹੈ ਔਰ ਰਿਜ਼ਵੀ ਸਾਹਿਬ ਮਾਸ਼ਾਅੱਲਾ ਇਹ ਤੇ ਆਪਣੇ ਪੁੱਤਰਾਂ ਵਰਗਾ ਸਮਝਦੇ ਨੇ ਹਰ ਕਿਸੇ ਨਾਲ ਪਿਆਰ ਕਰਦੇ ਨੇ ਆਖਰੀ ਸ਼ੇਰ ਔਰ ਇਜਾਜ਼ਤ ਇਹ ਸ਼ੇਰ ਅਸੀਂ ਆਪ ਲਿਖਿਆ ਹੈ ਮੁਖੜਾ ਕਿਸੇ ਹੋਰ ਦਾ ਸ਼ੇਰ ਅਸੀਂ ਲਿਖਿਆ ਹੈ ਚੰਗਾ ਲੱਗਦਾ ਹੈ ਅਲੀ ਵਾਲਾ ਜਿਹੜਾ ਅਲੀ ਵਾਲਾ ਹੱਥ ਉਠਾਏ ਅਲੀ ਵਾਲਾ ਹਮੇ ਹਾਂ ਅਲੀ ਵਾਲਾ ਹਮੇ ਹਾਂ ਅਲੀ ਵਾਲਾ ਹਮੇ ਹਾਂ ਅਲੀ ਵਾਲਾ ਜਿਹੜਾ ਅਲੀ ਵਾਲਾ ਹੱਥ ਉਠਾ ਕੇ ਹਾਂ ਚੰਗਾ ਲੱਗਦਾ ਹੈ ਅਲੀ ਵਾਲਾ ਸੋਹਣਾ ਲੱਗਦਾ ਹੈ ਅਲੀ ਵਾਲਾ ਹਾਂ ਚੰਗਾ ਲੱਗਦਾ ਹੈ ਅਲੀ ਵਾਲਾ ਸੋਹਣਾ ਲੱਗਦਾ ਹੈ ਅਲੀ ਵਾਲਾ ਭਜਦਾ ਅਲੀ ਵਾਲਾ ਨਹੀਂ ਉਹ ਭਜਦਾ ਅਲੀ ਵਾਲਾ ਸੋਹਣਾ ਲੱਗਦਾ ਅਲੀ ਵਾਲਾ ਸੋਹਣਾ ਲੱਗਦਾ
نہیں ہوں بجدا علی والا سونا لگدا علی والا سونا لگدا علی والا او سونا لگدا علی والا آخری شیر یا علی پیچھے والے بیٹھ جاؤ پیچھے والے بیٹھ جاؤ نہیں تے شیر تو بعد تے تسی بیٹھ جانا ہے چنگا لگدا علی والا سارے ساڈے بیٹھے نال خوشی دے جڑے بندے حیدر حیدر کر دے حیدر 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 ایک منٹ جیدے ہاتھ نو تکلیف ہے وہ ہاتھ تھلے رکھے جڑا چاہندا ہے میرے ہاتھ مولا نو پسند آ جان وہ دونوں ہاتھ چک کے کہے گا جدوں نارا شاباش شاباش سامعین گرامی معزز مہمانان گرامی بٹ سب بس کلیئر کر رہے ہیں باقی سارا سلسلہ ٹھیک ہے مادرن ماڈرن ساؤنڈ والوں کو مبارکباد پیش کرتا ہوں